ਸਤਿ ਸ਼੍ਰੀ ਅਕਾਲ ਜੀ ਆਪਾਂ ਇਸ ਵਕਤ ਹੈਗੇ ਹਾਂ ਨਿਆਗਰਾ ਫਾਲ ਦੇ ਨੇੜੇ ਨਿਆਗਰਾ ਦੇ ਨੇੜੇ ਓਲਡ ਨਿਆਗਰਾ ਵਿਲੇਜ ਹੈ ਅਤੇ ਪ੍ਰਿੰਸ ਆਫ ਵੇਲਸ ਹੋਟਲ ਜਿਹੜੇ ਮੈਂ ਖੜ੍ਹਾ ਹੋਇਆ 1864 ਦੇ ਬਣਿਆ ਹੋਇਆ ਹੁਣ ਤੁਸੀਂ ਸਟਰਕਚਰ ਦੇਖ ਲਓ ਇਹਦੀਆਂ ਕੰਧਾਂ ਦੇਖ ਲਓ ਮਜ਼ਬੂਤੀ ਦੇਖ ਲਓ 1864 ਦੇ ਵਿੱਚ ਇਹ ਹੋਟਲ ਬਣ ਗਿਆ ਸੀ ਜਿਹੜਾ ਨਿਆਗਰਾ ਫਾਲਸ ਦੇ ਨੇੜੇ ਨਿਆਗਰਾ ਵਿਲੇਜ ਦੇ ਵਿੱਚ ਤਾਂ ਇੰਨੀ ਪੁਰਾਣੀ ਬਿਲਡਿੰਗ ਉਹੀ ਲੈਵਲ ਆ ਸੜਕ ਦਾ ਨਹੀਂ ਤਾਂ ਜੇ 1864 'ਚ ਆਪਣੇ ਕੋਲ ਉੱਥੇ ਬਿਲਡਿੰਗ ਬਣੀ ਹੁੰਦੀ ਕਦੋਂ ਦੀ ਖੰਡਰ ਹੋ ਜਾਂਦੀ ਐਂਡ ਸੈਕਿੰਡ ਥਿੰਗ ਇਹ ਕੀ ਸੀਗੀ ਕਿ ਉਹਦਾ ਲੈਵਲ ਉਹਦਾ ਪਾਣੀ ਦੇ ਵਿੱਚ ਯਾਨੀ ਕਿ ਉਹਦਾ ਸੀਵਰੇਜ ਸਿਸਟਮ ਇੰਨਾ ਨਕਾਰਾ ਬੇਕਾਰ ਹੋ ਜਾਣਾ ਸੀ ਕਿਉਂਕਿ ਸੜਕ ਬਹੁਤ ਜ਼ਿਆਦਾ ਉੱਚੀ ਲੰਘ ਜਾਣੀ ਸੀ ਇਹ ਰਹਿ ਜਾਣਾ ਸੀ ਬਹੁਤ ਨੀਵਾਂ ਪਰ ਇਹਨਾਂ ਦਾ ਗੋਰਿਆਂ ਦਾ ਇਹਨਾਂ ਕੰਟਰੀ ਦਾ ਸਭ ਤੋਂ ਬੈਸਟ ਸਿਸਟਮ ਇਹੀ ਹੈ ਕਿ ਇਹ ਸੀਵਰੇਜ ਨੂੰ ਧਿਆਨ 'ਚ ਰੱਖਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਲੈਵਲ ਅਪ ਕਰ ਦਿੱਤਾ ਸੜਕ ਦਾ ਤਾਂ ਬਾਕੀ ਆਸੇ ਪਾਸੇ ਦੀ ਪ੍ਰੋਪਰਟੀ ਜ਼ੀਰੋ ਹੋ ਜਾਏਗੀ ਖਤਮ ਹੋ ਜਾਏਗੀ ਇਹੀ ਕਾਰਨ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਪੁਰਾਣੀਆਂ ਪੁਰਾਣੀਆਂ ਬਿਲਡਿੰਗਸ ਦੇਖਣ ਨੂੰ ਮਿਲਦੀਆਂ ਸੜਕ ਦਾ ਲੈਵਲ ਵੀ ਉਹੀ ਰਹਿੰਦਾ ਉਹ ਬਿਲਡਿੰਗ ਦਾ ਤਾਂ ਚਲੋ ਲੈਵਲ ਉਹੀ ਰਹਿਣਾ ਰਹਿਣਾ ਸੋ ਆਓ ਤੁਹਾਨੂੰ ਦਿਖਾਉਂਦੇ ਹਾਂ ਨਿਆਗਰਾ ਦੇ ਇੱਥੇ ਕੁਛ ਚੰਦ ਹੋਰ ਵਧੀਆ ਵਧੀਆ ਦ੍ਰਿਸ਼ ਆਹ ਹੋਟਲ ਦੇ ਤੁਹਾਨੂੰ ਬਾਹਰਲਾ ਪਾਸਾ ਦਿਖਾ ਦਿਆਂ ਦੇਖੋ ਕਿੰਨੇ ਸੋਹਣੇ ਸੋਹਣੇ ਫੁੱਲ ਖਿੜੇ ਹੋਏ ਆ ਬਾਹਰ ਇਧਰਲੇ ਪਾਸੇ ਦੇਖੋ ਉਹੀ ਪੁਰਾਣੀ ਬਿਲਡਿੰਗ ਆ ਆਸੇ ਪਾਸੇ ਫੁੱਲਾਂ ਦੀਆਂ ਟੋਕਰੀਆਂ ਭਰੀਆਂ ਹੋਈਆਂ ਦੇਖੋ ਇੱਧਰ ਫੁੱਲਾਂ ਦੀਆਂ ਟੋਕਰੀਆਂ ਆਸੇ ਪਾਸੇ ਕਿੰਨੀ ਖੂਬਸੂਰਤੀ ਕਿੰਨੇ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਹੋਟਲ ਬਿਲਡਿੰਗ ਦੇਖੋ ਐਜ਼ ਇਟ ਇਜ਼ ਦਾ ਐਂਡ ਇਹ ਇਸ ਤੋਂ ਬਾਅਦ ਇਹਨੂੰ ਵਿਰਾਸਤੀ ਚੀਜ਼ ਐਲਾਨ ਦਿੰਦੇ ਆ ਵਿਰਾਸਤੀ ਤੋ ਆਹ ਦੇਖੋ ਇਹ ਪੁਰਾਣਾ ਹੀ ਉਹੀ ਬੋਰਡ ਲੱਗਾ ਹੋਇਆ ਕਿੰਨਾ ਪੁਰਾਣਾ ਅਤੇ ਆਹ ਦੇਖੋ ਇੱਧਰ 1864 ਦਾ ਬਣਿਆ ਹੋਇਆ ਪ੍ਰਿੰਸ ਆਫ ਵੇਲਸ ਹੋਟਲ ਇਹ ਸੱਚ ਬਿਲਡਿੰਗ ਹੈ ਜਿਵੇਂ ਮਤਲਬ ਕੁਛ ਸਾਲ ਪਹਿਲਾਂ ਹੀ ਬਣੀ ਹੁੰਦੀ ਹੈ ਕਿੰਨੀ ਸ਼ਾਨਦਾਰ ਇਹ ਬਿਲਡਿੰਗ ਬਣੀ ਹੋਈ ਹੈ ਯੂ ਕੈਨ ਸੀ ਬਾਹਰੋਂ ਫੁੱਲਾਂ ਨਾਲ ਸਜਾਈ ਹੋਈ ਹੈ ਚਾਰਚ ਫਿਰ ਇੰਨਾ ਸੋਹਣਾ ਵਾਤਾਵਰਨ ਇਹ ਜਿਹੜਾ ਹੋਟਲ ਆ ਦਾ ਪ੍ਰਿੰਸ ਆਫ ਵੇਲਸ ਇਹ ਇਸਟੈਬਲਿਸ਼ ਹੋਇਆ ਸੀ 1864 ਰੈਨੋਵੇਟ ਹੋਇਆ 1998 ਦੇ ਵਿੱਚ ਫਿਰ ਇਹਨੂੰ ਰੀਓਪਨ ਕੀਤਾ ਗਿਆ 1999 'ਚ ਯਾਨੀ ਕਿ ਬਣਿਆ 1864 ਦਾ ਸੀਗਾ ਅਤੇ ਉਸ ਤੋਂ ਬਾਅਦ ਫਿਰ ਇਹਦੀਆਂ ਤਿਆਰੀਆਂ ਸ਼ਿਆਰੀਆਂ ਕੀਤੀਆਂ ਦੁਬਾਰਾ ਸੁਰਖੀ ਬਿੰਦੀ ਲਾ ਕੇ 1998 'ਚ ਫਿਰ 1999 'ਚ ਫਿਰ ਖੋਲ੍ਹ ਦਿੱਤਾ ਗਿਆ ਗੁੱਡ ਥਿੰਗ